ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਚੱਲੇ ਹਾਂ ਜੀ ਡੋਰਮਾਨਾ ਕਰਕੇ ਕੋਈ ਬੀਚ, ਨਾਲੇ ਥੋੜ੍ਹਾ ਜਿਹਾ ਕੰਮ ਆ ਅਤੇ ਨਾਲੇ ਸੋਚਿਆ ਚੱਲ ਉੱਥੇ ਘੁੰਮ ਆਉਂਦੇ ਹਾਂ ਕੰਮ ਕਰਕੇ। ਚਲੋ ਬਣੇ ਰਹੋ, ਜੋ ਜੋ ਵੇਖਿਆ ਤੁਹਾਨੂੰ ਦਿਖਾਵਾਂਗੇ ਨਾਲ। ਹੁਣ ਸੋਚਿਆ ਪੈਟਰੋਲ ਪਾ ਲਈਏ, ਪੈਟਰੋਲ ਘੱਟ ਸੀ ਗੱਡੀ 'ਚ, ਕੰਮ ਸੀ ਵਿਕ ਰੋਡ ਤੇ ਕਰਕੇ ਕੰਮ ਤੇ ਫਿਰ ਮਿਲਦੇ ਆ। ਉਹ ਕੰਮ ਹੋ ਗਿਆ ਸੀ ਡਨ ਤੇ ਹੁਣ ਇੱਥੇ ਪਹੁੰਚ ਗਏ ਅਸੀਂ ਡੋਰਮਾਨਾ ਬੀਚ ਤੇ ਦਿਖਾਉਂਦਾ ਤਾਂ
ਹਾਂਜੀ ਤੇ ਆ ਇੱਕ ਕੈਫੇ ਮਿਲਿਆ ਵਾ ਤੇ ਇੱਥੇ ਜਾ ਕੇ ਕਾਫੀ ਕਰਾਉਣ ਲੱਗੇ ਆ। ਹਾਂਜੀ ਤੇ ਆ ਸੈਂਟਰ ਸ਼ੋਪਿੰਗ ਸੈਂਟਰ ਛੋਟਾ ਜਿਹਾ ਸੀ ਤੇ ਆ ਕਾਫੀ ਲਈ ਆ ਤੇ ਹੁਣ ਬਸ ਦੇਖਦੇ ਆ ਹੋਰ ਕੀ ਹੋਰ ਕਿੱਥੇ ਜਾਣਾ ਘੁੰਮਦੇ ਆ ਦੇਖਦੇ ਆ। ਹਾਂਜੀ ਤੇ ਆ ਫਿਸ਼ ਐਂਡ ਚਿਪਸ ਤੇ ਆਏ ਸੀ ਤੇ ਚਿਪਸ ਲਏ ਆ ਹਾਂਜੀ ਤੇ ਅੱਜ ਨਾ ਹਵਾ ਬੜੀ ਵਗਦੀ ਪਈ ਹੈ ਇੱਥੇ ਤੇ ਸਾਰਾ ਕੁਛ ਹੀ ਬੰਦ ਆ ਜਿਹੜੀਆਂ ਐਕਟੀਵਿਟੀਆਂ ਸੀ ਮਾੜੀਆਂ ਮੋਟ ਤੇ ਫਿਰ ਉਂਝ ਹੀ ਉਹ ਨੋਰਮਲ ਇੱਥੋਂ ਫਿਸ਼ ਐਂਡ ਚਿਪਸ ਤੋਂ ਚਿਪਸ ਲਏ ਆ ਤੇ ਉਹ ਖਾਣ ਲੱਗੇ ਇੱਥੇ ਬਹਿ ਕੇ ਰੌਣਕ ਹੀ ਨਹੀਂ ਹੈਗੀ ਇੱਥੇ। ਇਹ ਨਾ ਇੱਕ ਬੜਾ ਵਧੀਆ ਜਿਹਾ ਵਿੰਟੇਜ ਬਾਜ਼ਾਰ ਸੀ ਤੇ ਅਸੀਂ ਆਖਿਆ ਚੱਲ ਅੰਦਰ ਜਾ ਕੇ ਦੇਖਦੇ ਹਾਂ ਤੇ ਹਾਂ ਦੇਖੋ ਮਤਲਬ ਬਸ ਫਿਲਮਾਂ ਫੁਲਮਾਂ ਵਾ ਡੀਵੀਡੀਜ਼ ਮੂਵੀਜ਼ ਡਰੈਸਾਂ ਪਈਆਂ ਸਾਰਾ ਕੁਛ ਹੀ ਵਿੰਟੇਜ ਇੱਥੇ ਵਧੀਆ ਸੀ ਸ਼ੌਪ ਆਹ ਖਿਡੌਣੇ ਪਏ ਬੱਚਿਆਂ ਦੇ '60s ਚ ਇੱਦਾਂ ਦਾ ਰਿਵਾਜ਼ ਸੀ '70s ਚ ਇੱਦਾਂ ਦਾ ਸੀ ਹਾਂਜੀ ਤੇ ਹੁਣ ਅਸੀਂ ਆਏ ਸੀ ਇੱਥੇ ਇੰਡੀਅਨ ਰੈਸਟੋਰੈਂਟ ਸਾਊਥ ਇੰਡੀਅਨ ਸ਼੍ਰੀ ਦਵਾਰ ਕਰਕੇ ਤੇ ਹੁਣ ਇੱਥੋਂ ਕੁਛ ਕਰਾਉਂਦੇ ਹਾਂ ਖਾਂਦੇ ਹਾਂ ਅਤੇ ਫਿਰ ਚੱਲਦੇ ਹਾਂ ਘਰ। ਨਾ ਇੱਕ ਰਾਇਆ ਪੂਰੀ ਵਿਦ ਗੋਟ ਕਰੀ
ਨੌਨ ਵੈਜ ਥਾਲੀ ਮੰਗਾਈ ਆ, ਮਿੱਠਾ ਵਾ, ਆਹ ਦਾਲ ਆ, ਇਹ ਪਤਾ ਨਹੀਂ ਸਾਂਬਰ ਆ, ਇਹ ਚਿਕਨ ਕਰੀ ਆ, ਇਹ ਗੋ ਚਿਕਨ 65 ਆ, ਦਹੀਂ ਆ ਨਾਲ ਪਾਪੜ ਇੱਕ ਦੇ ਨਾਲ ਜੋ, ਅਤੇ ਨਾਲ ਦੋ ਰੋਟੀਆਂ। ਹਾਂਜੀ, ਅਤੇ ਹੁਣ ਖਾ ਪੀ ਕੇ ਚੱਲੇ ਹਾਂ ਘਰ, ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ, ਅਗਲੇ ਵਲੋਗ ਵਿੱਚ। ਗੁੱਡ ਬਾਏ, ਟੇਕ ਕੇਅਰ।